ਪ੍ਰਾਈਮ ਅਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਥ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੁਹਾਹਾ ਜਰਾ ਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹੋਣਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਸ਼ੁਕਰੀਆ ਹਰਸਿਮਰਨ ਸਤਿ ਸ਼੍ਰੀ ਅਕਾਲ ਜੀ ਸਾਨੂੰ ਸਾਹਿਬ ਪੰਜਾਬ ਦੀਆਂ ਬਿਜਲੀ ਦਰਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਬਿਜਲੀ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੱਲ ਸਪਸ਼ਟ ਕਰ ਦਿੱਤੀ ਕਿ ਜਿਹੜਾ 600 ਯੂਨਟ ਮੁਫਤ ਬਿਜਲੀ ਦਿੱਤੀ ਜਾਂਦੀ ਸੀ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਹਜੇ ਤੱਕ ਕੀਤੀ ਗਈ ਇਸ ਬਿਜਲੀ ਦੀਆਂ ਦਰਾਂ ਦੇ ਵਿੱਚ ਜਿਹੜਾ ਇਜ਼ਾਫਾ ਹੋਇਆ ਹੈ ਉਸ ਦਾ ਪੰਜਾਬ ਦੇ ਲੋਕਾਂ ਦੀ ਜੇਬਾਂ ਤੇ ਕਿੰਨਾ ਕਸਰ ਪੈ ਸਕਦਾ ਹੈ ਜੀ ਸਮਝ ਜੀ ਜਦੋਂ ਵੀ ਇਹੋ ਜਿਹਾ ਵਾਅਦਾ ਹੁੰਦਾ ਇੱਕ ਵਾਰੀ ਕੁਝ ਨਾ ਕੁਝ ਅਸਰਤਾ ਪੈਂਦਾ ਹੈ ਆ ਪਿਛਲੇ ਤਕਰੀਬਨ 2-2.5 ਸਾਲਾਂ ਤੋਂ ਇਸ ਗੱਲ ਦਾ ਰੌਲਾ ਮੁਰਮੁਰ ਕੇ ਪੈ ਰਿਹਾ ਸੀ ਕਿ ਪੰਜਾਬ ਦੀ ਪਾਵਰ ਰੈਗੂਲੇਟਰੀ ਜਿਹੜੀ ਆ ਅਥਾਰਟੀ ਉਹ ਕਹਿੰਦੀ ਆ ਕਿ ਬਿਜਲੀ ਦਰਾਂ ਘਟਿਆ ਵਧਾਈਆਂ ਜਾਣ ਕਾਂਗਰਸੀ ਸਰਕਾਰ ਵੀ ਵਧਾਉਣ ਤੋਂ ਝਿਜਕਦੀ ਸੀ ਇਹ ਵੀ ਵਧਾਉਣ ਤੋਂ ਝਿਜਕਦੇ ਰਹਿ ਅੱਜ ਜਦੋਂ ਸਵੇਰੇ ਇਹ ਐਲਾਨ ਆਇਆ ਕਿ ਇਹਨਾਂ ਨੇ ਦਰਾਂ ਵਧਾ ਦਿੱਤੀਆਂ ਨੇ ਜੀ ਇਕਦਮ ਇਹ ਮੈਨੂੰ ਵੀ ਬੁਰਾ ਲੱਗਾ ਕਿ ਜਲੰਧਰ ਦੀ ਪਾਰਲੀਮੈਂਟ ਚ ਸੀਟ ਦੀ ਉਪਚੋਣ ਜਿੱਤ ਤੇ ਸਾਰੀ ਸਰਕਾਰ ਨੇ ਫਟਾਫਟ ਵਧਾਤੀਆਂ ਜੀ ਇਹ ਠੀਕ ਨਹੀਂ ਕੀਤਾ ਕੁਝ ਕਾਲੇ ਸਿਆਸੀ ਲੀਡਰਾਂ ਨੇ ਇਹ ਆਖਿਆ ਕਿ ਲੋਕਾਂ ਕੋਲੋਂ ਵੋਟਾਂ ਲੈ ਕੇ ਸੀਟ ਜਿੱਤਣ ਦੇ ਬਾਅਦ ਉਹਨਾਂ ਨੂੰ ਕੋਈ ਇਨਾਮ ਦੇਣ ਦੀ ਤਾਂ ਜੀ ਸਰਕਾਰ ਸਜ਼ਾ ਦੇਣ ਲੱਗੀ ਆ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਨੇ ਬੜੀ ਤੇਜ਼ੀ ਤੇਜ਼ੀ ਨਾਲ ਕੁਝ ਲੀਡਰਾਂ ਦੇ ਟਵੀਟ ਆਏ ਜੀ ਤੇ ਮੈਂ ਸਮਝਦਾ ਸਾਂ ਕਿ ਉਹ ਆਪਣਾ ਗੁੱਸਾ ਕੱਢ ਰਿਹਾ ਤੇ ਕੋਈ ਗਲਤ ਨਹੀਂ ਕਰ ਰਿਹਾ ਪਰ ਮਿੰਟ ਮਸਾ 15 ਜਾਂ 20 ਲੰਘੇ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਸਿੱਧਾ ਨਿੱਜੀ ਟਵੀਟ ਆ ਗਿਆ ਉਹਨੇ ਆਖਿਆ ਕਿ ਜਿਹੜਾ ਬਿਜਲੀ ਦਰਾਂ ਦਾ ਵਾਧਾ ਹੈ ਜੀ ਜਿਨ੍ਹਾਂ ਲੋਕਾਂ ਦੇ 600 ਯੂਨਿਟ ਮਾਪਨੇ ਦੋ ਮਹੀਨਾ ਦੇ ਇੱਕ ਮਹੀਨੇ ਦੇ 3 300 ਕਰਕੇ ਦੋ ਮਹੀਨਾ ਦੇ ਬਿੱਲ 'ਚ ਜੀ ਉਹਨਾਂ ਦਾ ਬਿਜਲੀ ਦਰਾਂ ਦਾ ਵਾਧਾ ਵੀ ਪੰਜਾਬ ਸਰਕਾਰ ਆਪ ਆਪਣੇ ਸਿਰ ਲਵੇਗੀ ਜੀ ਉਹਨੇ ਆਖਿਆ ਇਹ ਅਸੀਂ ਉਹਨਾਂ ਤੇ ਬੋਝ ਨਹੀਂ ਪੈਂਡ ਦੇਾਂਗੇ ਇਦੇ ਨਾਲ ਜਿਹੜੀ ਇੱਕਦਮ ਸੰਸਨੀ ਫੈਲੀ ਸੀ ਕਿ ਇਹ ਰੇਟ ਵਧਾਤੇ 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 ਉਹ ਸਾਰੀ ਦੀ ਸਾਰੀ ਉੱਥੇ ਰੁਕ ਗਈ ਆ ਜੀ ਕੁਝ ਚੀਜ਼ਾਂ ਦੇ ਫਿਰ ਵੀ ਵਧਣਗੇ ਤੇ ਕਦਨੇ ਕਦ ਦੇ ਵਧਾਉਣੇ ਪੈਂਦੇ ਆ ਪਰ ਇਹ ਚੰਗੀ ਗੱਲ ਹੋਈ ਕਿ ਸਰਕਾਰ ਨੇ ਕਹਿਤਾ ਕਿ ਅਸੀਂ ਜਿਹੜਾ ਇਹ ਵਾਅਦਾ ਆਮ ਆਦਮੀ ਤੇ ਨਹੀਂ ਪੈਂਦਿਆਂਗੇ ਉਹਦੇ ਹਿੱਸੇ ਦਾ ਵਾਅਦਾ ਜਿਹੜਾ ਉਹ ਪੰਜਾਬ ਸਰਕਾਰ ਆਪਣੇ ਸਿਰ ਲਵੇਗੀ ਇਹ ਐਸ ਵੇਲੇ ਦੀ ਸਰਕਾਰ ਜਿਹੜੀ ਕੰਮ ਕਰਦੀ ਪਈ ਆ ਮੇਰੇ ਖਿਆਲ ਠੀਕ ਆ ਪਿਛਲੀਆਂ ਸਰਕਾਰਾਂ ਤੇ ਹੋਰ ਕਰਦੀਆਂ ਸੀ ਕਿ ਆਪਣੇ ਮੰਤਰੀਆਂ ਤੇ ਵਿਧਾਇਕਾਂ ਦਾ ਇਨਕਮ ਟੈਕਸ ਵੀ ਸਰਕਾਰੀ ਖਾਤੇ 'ਚ ਉਹ ਦਿੰਦੀਆਂ ਸੀ ਤੇ ਲੋਕਾਂ ਨੂੰ ਸਹੂਲਤਾਂ ਨਹੀਂ ਸੀ ਦੇ ਰੀਆਂ ਜੇ ਸਰਕਾਰ ਇਸ ਪਾਸੇ ਨੂੰ ਤੁਰਦੀ ਹੈ ਤੇ ਚੰਗੀ ਗੱਲ ਆ। ਉਹਦਾ ਅੱਜ ਇੱਕ ਗੱਲ ਹੋਰ ਚੰਗੀ ਹੋ ਗਈ ਆ। ਜੀ। ਉਹ ਵੀ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਮੁੱਖ ਮੰਤਰੀ ਨੇ ਅੱਜ ਇੱਕ ਐਲਾਨ ਹੋਰ ਕਰ ਦਿੱਤਾ। ਜੀ। ਉਹਨੇ ਕਿਹਾ ਜਿਹੜੇ ਲੋਕ ਬਾਸਮਤੀ ਵੇਚਣਗੇ ਬਾਸਮਤੀ ਵਾਸਤੇ ਪੰਜਾਬ ਸਰਕਾਰ ਪਹਿਲੀ ਵਾਰੀ ਜਿਹੜੀ ਘੱਟੋ-ਘੱਟ ਖਰੀਦ ਕੀਮਤ ਐ ਐਮਐਸਪੀ ਉਹਦੀ ਗਰੰਟੀ ਦੇਵੇਗੀ। ਜੀ ਪਿਛਲੇ ਸਾਲ ਇਹਨਾਂ ਨੇ ਅੱਖਰ ਸੀ ਕਿ ਕਣਕ ਝੋਨੇ ਦੇ ਫਸਲ ਚੱਕਰ ਕੋਲ ਨਿਕਲ ਕੇ ਜਿਹੜੇ ਲੋਕ ਮੂੰਗੀ ਮਸਰਾਂ ਬਾਰੇ ਕੋਈ ਖੇਤੀ ਕਰਨਗੇ ਉਹਨਾਂ ਦੇ ਅਸੀਂ ਐਮਐਸਪੀ ਦੀ ਗਾਰੰਟੀ ਦਿੰਨੇ ਆ ਤੇ ਉਹਦੇ ਤੋਂ ਘੱਟ ਭਾਅ ਤੇ ਨਹੀਂ ਵਿਕੇਗੀ ਜੀ ਜਦੋਂ ਫਸਲ ਆਈ ਤੇ ਭਾਅ ਡਿੱਗ ਪਿਆ ਸਾਰੇ ਕਹਿੰਦੇ ਸੀ ਸਰਕਾਰ ਨੇ ਕਿਹਾ ਕਿ ਅਸੀਂ ਐਮਐਸਪੀ ਦੀ ਗਾਰੰਟੀ ਦਿੰਨੇ ਆ ਸਰਕਾਰ ਕਰਦੀ ਕੀ ਆ ਜੀ ਤੇ ਉਦੋਂ ਮੁੱਖ ਮੰਤਰੀ ਨੇ ਕਿਹਾ ਸੀ ਅਸੀਂ ਗਾਰੰਟੀ ਦਿੱਤੀ ਉਸ ਗਾਰੰਟੀ ਤੇ ਕਾਇਮ ਆ ਤੁਹਾਨੂੰ ਜੋ ਭਾਅ ਮਿਲਦਾ ਬਕਾਇਦਾ ਬਿਲਿੰਗ ਕਰਾਓ ਬਕਾਇਦਾ ਰਸੀਦਾ ਲਓ ਜਿੰਨਾ ਰੇਟ ਲੱਗਦਾ ਉਹਦੀ ਰਸੀਦ ਲੈ ਲਓ ਜਿਹੜੇ ਬਾਕੀ ਪੈਸੇ ਐਮਐਸਪੀ ਦੀ ਪੰਜਾਬ ਸਰਕਾਰ ਦੀ ਗਰੰਟੀ ਤੋਂ ਘੱਟ ਹੋਏ ਉਹ ਪੈਸੇ ਪੰਜਾਬ ਸਰਕਾਰ ਦੇਵੇਗੀ ਤੁਹਾਨੂੰ ਪੰਜਾਬ ਸਰਕਾਰ ਇਸ ਗੱਲ ਤੋਂ ਘਾਟਾ ਨਹੀਂ ਪੈਣ ਦਿੰਦੀ ਤੇ ਤੁਸੀਂ ਆਰਾਮ ਨਾਲ ਆਪਣਾ ਕੰਮ ਕਰੀ ਚੱਲੋ ਉਹੀ ਗੱਲ ਹੋਈ ਬਾਅਦ ਵਿੱਚ ਪੰਜਾਬ ਸਰਕਾਰ ਨੇ ਸਾਰੇ ਪੈਸੇ ਉਹਨਾਂ ਦਾਣਾ ਬੀਜਣ ਵਾਲੇ ਕਿਸਾਨਾਂ ਦੇ ਖਾਤੇ ਚ ਪਾ ਦਿੱਤੇ ਸਨ ਜੇ ਕੋਈ ਇੱਕ ਅੱਧਾ ਰਹਿ ਗਿਆ ਹੋਵੇ ਜਾਂ ਕਿਸੇ ਕਾਰਨ ਕੋਈ ਟੈਕਨੀਕਲ ਕੋਈ ਰੈਵਨਿਊ ਡਿਪਾਰਟਮੈਂਟ ਦੀ ਐਂਟਰੀ ਜਮ੍ਹਾਂਬੰਦੀ ਦੇ ਕਾਗਜ਼ਾਂ 'ਚ ਨਹੀਂ ਹੋ ਰਿਹਾ ਗਾਵੇ ਤੇ ਉਹ ਬਾਅਦ 'ਚ ਵੀ ਹੋ ਸਕਦਾ ਹੁਣ ਜਦੋਂ ਬਾਸਮਤੀ ਬੀਜਣੀ ਆ ਉਹਦੇ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਿਹੜਾ ਇਹ ਐਲਾਨ ਕਰ ਦਿੱਤਾ ਕਿ ਪੰਜਾਬ ਸਰਕਾਰ ਬਾਸਮਤੀ ਦੇ ਮੁੱਲ ਦੀ ਗਾਰੰਟੀ ਦਿੰਦੀ ਆ ਐਮਐਸਪੀ ਦੀ ਯਾਨੀ ਮਿਨੀਮਮ ਸਪੋਰਟ ਪ੍ਰਾਈਸ ਘੱਟੋ-ਘੱਟ ਖਰੀਦ ਕੀਮਤ ਕਿ ਇੰਨੇ ਦੇ ਉੱਤੇ ਫਸਲ ਵਿਕੇਗੀ ਵਿਕੇਗੀ ਉਹਦੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਵੇਕੇਗੀ ਮਾਰਕੀਟ ਵਿੱਚ ਜਿੰਨਾ ਰੇਟ ਤੁਹਾਨੂੰ ਘੱਟ ਮਿਲੇਗਾ ਜੀ ਉਹ ਸਾਰੇ ਦਾ ਸਾਰਾ ਰੇਟ ਅਸੀਂ ਦਿਆਂਗੇ ਜੀ ਇਹ ਤੋਂ ਪਹਿਲਾਂ ਸਾਨੂੰ ਪਤਾ ਕਿ ਸਰਕਾਰ ਨੇ ਮੱਕੀ ਦੀ ਫਸਲ ਦਾ ਭਾਅ ਬਹੁਤ ਬੰਨਿਆ ਹੁੰਦਾ ਸੀ ਤੇ ਵਿਕਦੀ ਉਹ ਤੋਂ ਚੌਥੇ ਹਿੱਸੇ ਭਾਅ ਤੇ ਸੀ ਪਰ ਬਾਅਦ ਵਿੱਚ ਕਿਸੇ ਸਰਕਾਰ ਨੇ ਉਹ ਪੈਸੇ ਨਹੀਂ ਸਿੱਤੇ ਜੀ ਸੂਰਜੀ ਮੁਖੀ ਦਾ ਵੀ ਇੱਕ ਵਾਰੀ ਰੇਟ ਘੱਟੋ ਘੱਟ ਕੀਮਤ ਦੱਸੀ ਸੀ ਪਰ ਬਾਅਦ ਚ ਨਾ ਸਰਕਾਰ ਨੇ ਖਰੀਦੀ ਨਾ ਉਸ ਭਾਅ ਤੇ ਵਿਕੀ ਸੀ ਜੇ ਸਰਕਾਰ ਇਸ ਤਰ੍ਹਾਂ ਦੀਆਂ ਗਰੰਟੀਆਂ ਦੇਣ ਵਾਲੇ ਪਾਸੇ ਤੁਰਪੀ ਹੈ ਤੇ ਜੇ ਉਹਨਾਂ ਨੇ ਬਿਜਲੀ ਦੇ ਮਾਮਲੇ ਵਿੱਚ ਵੀ ਇਹ ਕਹੇਤਾ ਕਿ ਅੱਜ ਰੇਟ ਵਧਿਆ ਤੇ ਨਾਲ ਹੀ ਇਹ ਕਹੇਤਾ ਕਿ ਜਿੰਨੇ ਵੀ ਵਧ ਗਿਆ ਅਸੀਂ ਮੁਫਤ ਬਿਜਲੀ ਦਿੰਨੇ ਆ ਉਸ ਦੇ ਹਿਸਾਬ ਨਾਲ ਇਹ ਜਿਹੜੇ ਵਧੇ ਹੋਏ ਰੇਟ ਆ ਇਹਨਾਂ ਦਾ ਬੋਝ ਵੀ ਪੰਜਾਬ ਸਰਕਾਰ ਚ ੱਲੇਗੀ ਜੀ ਮੇਰਾ ਖਿਆਲ ਹੈ ਕਿ ਇਹਦੇ ਨਾਲ ਲੋਕਾਂ ਨੂੰ ਕੁਝ ਨਾ ਕੁਝ ਰੀਲੀਫ ਹੋਵੇਗੀ ਤੇ ਹੋਣੀ ਵੀ ਚਾਹੀਦੀ ਆ ਇਸ ਮੌਕੇ ਆਮ ਲੋਕਾਂ ਤੇ ਬੋਝ ਨਹੀਂ ਪੈਣਾ ਚਾਹੀਦਾ ਬਾਕੀ ਕਿਤਨਾ ਕਿਤੇ ਤਾਂ ਪੈਣਾ ਹੀ ਆ ਉਹ ਕਿਹੜੇ ਕਿਹੜੇ ਖੇਤਰਾਂ ਤੇ ਪਵੇਗਾ ਬਾਅਦ ਚ ਵੇਖਿਆ ਜਾਵੇਗਾ ਜੀ ਪਨੂ ਸਾਹਿਬ ਦਿੱਲੀ ਸਰਕਾਰ ਨੇ ਵੀ ਆਪਣੇ ਸੈਕਟਰੀ ਨੂੰ ਸ਼ੋ ਕਾਸ ਨੋਟਿਸ ਜਾਰੀ ਕਰ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਉਹਦੇ ਟਰਾਂਸਫਰ ਦੇ ਆਦੇਸ਼ ਵੀ ਦਿੱਲੀ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਸਨ ਪਰ ਆਦੇਸ਼ਾਂ ਦਾ ਸੈਕਟਰੀ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਸ਼ੋ ਕਾਸ ਨੋਟਿਸ ਜਿਹੜਾ ਉਹ ਦਿੱਲੀ ਸਰਕਾਰ ਨੇ ਜਾਰੀ ਕਰ ਦਿੱਤਾ ਹੈ ਕਿਵੇਂ ਆਖ ਦਿਆਂ ਜੀ ਦੇਖੋ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦਾ ਆਪੋ ਵਿੱਚ ਆੜਾ ਲੱਗਾ ਰਿਹਾ ਸੀ ਇਹ ਸੁਪਰੀਮ ਕੋਰਟ ਵਿੱਚ ਮਾਮਲਾ ਚੱਲਿਆ ਗਿਆ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਇਹ ਫੈਸਲਾ ਦੇ ਦਿੱਤਾ ਸੀ ਕਿ ਚੁਣੀ ਹੋਈ ਸਰਕਾਰ ਅਸਲੀ ਸਰਕਾਰ ਹੁੰਦੀ ਹੈ ਲੈਫਟ ਹੈਂਡ ਗਵਰਨਰ ਕੇਂਦਰ ਸਰਕਾਰ ਦਾ ਏਜੰਟ ਹੈ ਨਮਾਇੰਦਾ ਪ੍ਰਤੀਨਿਧ ਹੈ ਲੋਕਾਂ ਦਾ ਪ੍ਰਤੀਨਿਧ ਬਿਲਕੁਲ ਨਹੀਂ ਜੀ ਜਿਹੜੀ ਸਰਕਾਰ ਲੋਕਾਂ ਨੇ ਵੋਟਾਂ ਪਾ ਕੇ ਚੁਣੀ ਆ ਉਹ ਸਰਕਾਰ ਲੋਕਾਂ ਸਾਹਮਣੇ ਜਵਾਬਦੇਹ ਆ ਇਸ ਕਰਕੇ ਉਹਦੇ ਕੋਲ ਇਹ ਅਧਿਕਾਰ ਹੋਣਾ ਚਾਹੀਦਾ ਕਿ ਉਹ ਅਫਸਰਾਂ ਦੀਆਂ ਤਬਦੀਲੀਆਂ ਉਹਨਾਂ ਦੇ ਅਦਲਾ ਬਦਲੀ ਕਰ ਸਕੇ ਟਰਾਂਸਫਰ ਕਰ ਸਕੇ ਜੀ ਜਦੋਂ ਇਹ ਫੈਸਲਾ ਆਇਆ ਤੇ ਇਹ ਕਹਿ ਦਿੱਤਾ ਗਿਆ ਕਿ ਪਬਲਿਕ ਆਰਡਰ ਪੁਲਿਸ ਤੇ ਜ਼ਮੀਨ ਤਿੰਨ ਮਾਮਲੇ ਲੈਫਟੇਨੈਂਟ ਗਵਰਨਰ ਕੋਲ ਹੋਣਗੇ ਕਿਉਂਕਿ ਨੈਸ਼ਨਲ ਕੈਪੀਟਲ ਆ ਬਾਕੀ ਸਾਰੇ ਦੇ ਸਾਰੇ ਮਾਮਲੇ ਮੁੱਖ ਮੰਤਰੀ ਕੋਲ ਤੇ ਉਹਦੀ ਸਰਕਾਰ ਕੋਲ ਦੇ ਮੰਤਰੀ ਮੰਡਲ ਕੋਲ ਹੋਣਗੇ ਤਾਂ ਉਸੇ ਦਿਨ ਸ਼ਾਮ ਨੂੰ ਦਿੱਲੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਕੁਝ ਅਫਸਰਾਂ ਦੀ ਅਦਲਾ ਬਦਲੀ ਕਰਾਂਗੇ ਜਿਹੜੇ ਪਿਛਲੇ ਸਮੇਂ ਚ ਸਰਕਾਰ ਨਾਲ ਤਾਲਮੇਲ ਕਰਕੇ ਨਹੀਂ ਚੱਲਦੇ ਰਹੇ ਜੀ ਉਹ ਸਾਰਾ ਕੰਮ ਕੇਂਦਰ ਦੇ ਕਹਿ ਮੁਤਾਬਕ ਕਰਦੇ ਸੀ ਹਰ ਉਸੇ ਚਾਹ ਮੀਟਿੰਗ ਕਰਕੇ ਸਭ ਤੋਂ ਪਹਿਲਾ ਫੈਸਲਾ ਕੀਤਾ ਗਿਆ ਕਿ ਦਿੱਲੀ ਦੇ ਵਿੱਚ ਸਰਵਿਸਿਸ ਡਿਪਾਰਟਮੈਂਟ ਦੇ ਸੈਕਟਰੀ ਅਸ਼ੀਸ਼ ਉਹਦਾ ਪੂਰਾ ਨਾਮ ਮੈਨੂੰ ਇਸ ਵੇਲੇ ਭੁੱਲ ਗਿਆ ਉਹਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਡੀ ਟਰਾਂਸਫਰ ਕਰ ਦਿੱਤੀ ਆ ਫਾਈਲ ਲੈ ਆ ਕੇ ਪੇਸ਼ ਕਰੋ ਉਹਨੇ ਨਾ ਤਬਾਦਲਿਆਂ ਦੀ ਫਾਈਲ ਲਿਆਂਦੀ ਨਾ ਉਹਨੇ ਆਪ ਕੁਝ ਕੀਤਾ ਚੁੱਪ ਕਰਕੇ ਦਫਤਰ ਚੋਂ ਚਲਾ ਗਿਆ ਜੀ ਉਹਦੇ ਬਾਅਦ ਉਹਨੂੰ ਫੋਨ ਕੀਤੇ ਗਏ ਮੰਤਰੀ ਨੇ ਖੁਦ ਕੀਤੇ ਤੇ ਉਹਨੇ ਫੋਨ ਅਗੋਂ ਅਟੈਂਡ ਨਹੀਂ ਕੀਤੇ ਤੇ ਬਾਅਦ ਵਿੱਚ ਉਹਨੇ ਆਪਣਾ ਫੋਨ ਹੀ ਸਵਿਚ ਆਫ ਕਰ ਦਿੱਤਾ ਕਿ ਮੈਨੂੰ ਕੀ ਪਰਵਾਹ ਜੀ ਨਾਉ ਪੇਚ ਹੋਇਆ ਨਾ ਉਹਨੂੰ ਜਿੰਨੇ ਮੈਸੇਜ ਕੀਤੇ ਗਏ ਉਹ ਮੈਸੇਜ ਦਾ ਵੀ ਉਹਨੇ ਕੋਈ ਜਵਾਬ ਨਹੀਂ ਦਿੱਤਾ ਉਹਦੇ ਤੋਂ ਅੱਕ ਕੇ ਤੇ ਹੁਣ ਇਧਰੋਂ ਦਿੱਲੀ ਦੀ ਸਰਕਾਰ ਨੇ ਇੱਕ ਬਕਾਇਦਾ ਉਹਨੂੰ ਨੋਟਿਸ ਜਾਰੀ ਕਰਕੇ ਤੇ ਉਹਦੇ ਤੋਂ ਜਵਾਬ ਮੰਗ ਲਿਆ ਕਿ ਇਹ ਇਨਡਿਸਿਪਲਨ ਹੈ ਕਿ ਕੋਈ ਆਫੀਸਰ ਉੱਠ ਕੇ ਇਹ ਆਖੇ ਕਿ ਅਸੀਂ ਤਾਂ ਬਿਲਕੁਲ ਸਰਕਾਰ ਨੂੰ ਸਮਝਦੇ ਕੱਖ ਨਹੀਂ ਸਰਕਾਰ ਦੇ ਫੋਨ ਦਾ ਵੀ ਜਵਾਬ ਨਾ ਦੇਵੇ ਕਿਸੇ ਮੈਸੇਜ ਦਾ ਵੀ ਜਵਾਬ ਨਾ ਦੇਵੇ ਪੁੱਛੀ ਗਈ ਫਾਈਲ ਵੀ ਨਾ ਦੇਵੇ ਇਹ ਤਰੀਕਾ ਤੇ ਚੱਲ ਨਹੀਂ ਸਕਦਾ ਉਦਾਂ ਕਿਉਂਕਿ ਅਫਸਰਾਂ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਔਰ ਹੇਠਾਂ ਤੱਕ ਗੱਲ ਚਲੀ ਗਈ ਸੀ ਕਿ ਸੁਪਰੀਮ ਕੋਰਟ ਦਾ ਫੈਸਲਾ ਆਇਆ ਜ਼ਰੂਰ ਹੈ ਜੀ ਅਜੇ ਤੱਕ ਨੋਟੀਫਾਈ ਨਹੀਂ ਹੋਇਆ ਯਾਨੀ ਕਿ ਨੋਟੀਫਿਕੇਸ਼ਨ ਜਾਰੀ ਨਹੀਂ ਆਇਆ ਇਸ ਕਰਕੇ ਨੂੰ ਮਰਨ ਦੀ ਲੋੜ ਨਹੀਂ ਜੀ ਕੇਂਦਰ ਸਰਕਾਰ ਨੇ ਵੀ ਇਸ ਤਰ੍ਹਾਂ ਦੀ ਹਦਾਇਤ ਜਾਰੀ ਕਰ ਦਿੱਤੀ ਸੀ ਉਦੇ ਖਿਲਾਫ ਦਿੱਲੀ ਦੀ ਸਰਕਾਰ ਉਸੇ ਵੇਲੇ ਫਿਰ ਸੁਪਰੀਮ ਕੋਰਟ ਵਿੱਚ ਚਲੀ ਗਈ ਕਿ ਸੁਪਰੀਮ ਕੋਰਟ ਦਾ ਫੈਸਲਾ ਜਦੋਂ ਆ ਹੀ ਗਿਆ ਜੀ ਤੇ ਉਸ ਆਏ ਹੋਏ ਫੈਸਲੇ ਨੂੰ ਨੋਟੀਫਾਈ ਅਸੀਂ ਕਰਨਾ ਜਦੋਂ ਨੋਟੀਫਾਈ ਜਿਹੜਾ ਵਾ ਉਹ ਇੱਕ ਬਕਾਇਦਾ ਪ੍ਰਕਿਰਿਆ ਹੁੰਦੀ ਹੈ ਉਹਦੇ ਵਿੱਚ ਹੋ ਹੀ ਜਾਣਾ ਜੀ ਤੇ ਉਸ ਪ੍ਰਕਿਰਿਆ ਦੇ ਮੁਤਾਬਕ ਨੋਟੀਫਾਈ ਹੁੰਦਾ ਉਹ ਡਿੱਕਣ ਦੇ ਬਜਾਏ ਜੇ ਇਹ ਅਫਸਰ ਇਸ ਤਰ੍ਹਾਂ ਦਾ ਡਿੱਕਾ ਡਾਉਣ ਕਿ ਕੋਈ ਅਸੀਂ ਕੰਮ ਕਰਨਾ ਹੀ ਨਹੀਂ ਤੇ ਕੇਂਦਰ ਵੱਲੋਂ ਇਹਨਾਂ ਨੂੰ ਸ਼ਹਿ ਮਿਲੇ ਇਹਦਾ ਮਤਲਬ ਕਿ ਅਜੇ ਤੱਕ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਗਏ ਸੁਪਰੀਮ ਕੋਰਟ ਦੇਸ਼ ਦੀ ਸੁਪਰੀਮ ਐ ਸਭ ਤੋਂ ਵੱਡੀ ਕੋਰਟ ਐ ਉਸ ਕੋਰਟ ਦਾ ਫੈਸਲਾ ਤਾਂ ਹਰ ਕਿਸੇ ਨੂੰ ਮੰਨਣਾ ਪੈਂਦਾ ਇੱਥੋਂ ਤੱਕ ਕਿ ਰਾਸ਼ਟਰਪਤੀ ਬਾਰੇ ਵੀ ਇੱਕ ਦੋ ਵਾਰ ਇਹੋ ਜਿਹੇ ਫੈਸਲੇ ਉਹਨਾਂ ਕੀਤੇ ਆ ਜਿਹੜੇ ਮੰਨਣ ਤੋਂ ਰਾਸ਼ਟਰਪਤੀ ਨੇ ਵੀ ਇਨਕਾਰ ਨਹੀਂ ਕੀਤਾ ਪਰ ਸਿਆਸੀ ਕਾਰਨਾਂ ਕਰਕੇ ਕੁਝ ਨਾ ਕੁਝ ਮਾਮਲੇ ਛੜਿੱਕੇ ਡਾਏ ਜਾਂਦੇ ਰਿਹਾ ਤੇ ਐਸੋਲੇ ਵੀ ਡਾਏ ਜਾ ਰਿਹਾ ਮੈਂ ਸਮਝਦਾ ਕਿ ਅਫਸਰ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਅਫਸਰ ਕਾਨੂੰਨ ਸੰਵਿਧਾਨ ਇਹਨਾਂ ਸਾਰੀਆਂ ਹੱਦਬੰਦੀਆਂ ਦੇ ਅੰਦਰ ਹੁੰਦਾ ਇਹਨਾਂ ਤੋਂ ਬਾਹਰ ਜਾ ਕੇ ਨਹੀਂ ਉਹ ਵਿਚਰ ਸਕਦਾ ਤੇ ਜਿਉ ਇਹ ਆਖੇ ਕਿ ਮੌਕੇ ਦੀ ਸਰਕਾਰ ਜਿਹਦੇ ਨਾਲ ਉਹਨੂੰ ਅਟੈਚ ਕੀਤਾ ਗਿਆ ਉਹਦਾ ਕੋਈ ਹੁਕਮ ਮੰਨਣਾ ਨਹੀਂ ਤੇ ਇਹ ਇੱਕ ਕਿਸਮ ਦੀ ਸਿੱਧੀ ਹੁਕਮ ਅਦੋਲੀ ਹੁੰਦੀ ਹੈ ਇਹਦੇ ਵਿੱਚ ਉਹਦੇ ਖਿਲਾਫ ਡਿਸਪਲਿਨਰੀ ਐਕਸ਼ਨ ਹੋ ਸਕਦਾ ਤੇ ਉਹ ਦਿੱਲੀ ਸਰਕਾਰ ਲੈ ਸਕਦੀ ਆ ਉਹਨੂੰ ਅਜੇ ਵੀ ਜਾ ਕੇ ਦਿੱਲੀ ਸਰਕਾਰ ਦੇ ਕੋਲ ਫਾਈਲਾਂ ਪੇਸ਼ ਕਰ ਦੇਣੀਆਂ ਚਾਹੀਦੀਆਂ ਉਹਦੇ ਵਿਹਾਰ ਤੋਂ ਬੜਾ ਸਾਫ਼ ਗਿਣਿਆ ਜਾ ਰਿਹਾ ਮੇਰੀ ਅੱਜ ਕੁਝ ਅਫਸਰਾਂ ਨਾਲ ਵੀ ਗੱਲ ਹੋਈ ਆ ਉਨਾ ਸਾਰੇ ਨੇ ਆਖਿਆ ਜੀ ਜੇ ਇਸ ਤਰ੍ਹਾਂ ਇੱਕ ਕਰੇਗਾ ਦੂਸਰਾ ਕਰੇਗਾ ਤੇ ਫਿਰ ਦੇਸ਼ ਦਾ ਪ੍ਰਸ਼ਾਸਨ ਕਿਸੇ ਸੂਬੇ ਵਿੱਚ ਵੀ ਚੱਲ ਨਹੀਂ ਸਕੇਗਾ ਇਸ ਕਰਕੇ ਦਿੱਲੀ ਸਰਕਾਰ ਦਾ ਇਹੋ ਜਿਹਾ ਜਵਾਬ ਮੰਗਣਾ ਜਵਾਬ ਤਲਬੀ ਕਰਨਾ ਜਾਇਜ਼ ਲੱਗਦਾ ਬਾਕੀ ਮਾਮਲਾ ਫਿਰ ਕਿਉਂਕਿ ਸੁਪਰੀਮ ਕੋਰਟ ਵਿੱਚ ਜਾ ਚੁੱਕਾ ਹੈ ਇਸ ਕਰਕੇ ਮੈਂ ਤੇ ਤੇਜ਼ ਤੋਂ ਵੱਧ ਹੋਰ ਕੁਝ ਨਹੀਂ ਕਰਨਾ ਚਾਹੁੰਦਾ ਜੀ ਪਨੂ ਸਾਹਿਬ ਦਰਬਾਰ ਸਾਹਿਬ ਦੇ ਨੇੜੇੋਂ ਵੀ ਖਬਰ ਆਈ ਹੈ ਕਹਿੰਦੇ ਫੋਟੋਗ੍ਰਾਫਰਾਂ ਨੇ ਜਿਹੜੇ ਸ਼ਰਧਾਲੂ ਉੱਥੇ ਦਰਸ਼ਨ ਕਰਨ ਦੇ ਲਈ ਆਏ ਸਨ ਉਹਨਾਂ ਦੇ ਨਾਲ ਕਾਫੀ ਬਦਸਲੂਕੀ ਕੀਤੀ ਹੈ ਪੂਰਾ ਮਾਮਲਾ ਕੀ ਹੈ ਜੀ ਅਰਜ਼ਮੰਦ ਜੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸ਼ਰਦਾਬਾਦ ਨਾਲ ਉੱਥੇ ਨਤਮਸਤਕ ਹੋਣ ਗਏ ਸਨ ਕੁਝ ਸ਼ਰਧਾਲੂ ਜੀ ਉੱਥੇ ਫਿਰਦੇ ਫੋਟੋਗ੍ਰਾਫਰਾਂ ਨੇ ਉਹਨਾਂ ਦਾ ਕੰਮ ਹੀ ਇਹ ਹੈ ਕਿ ਹਰ ਇੱਕ ਨੂੰ ਘੇਰ ਕੇ ਕਹਿੰਦੇ ਖਜਾਓ ਜੀ ਫੋਟੋ ਅਸੀਂ ਤੁਹਾਨੂੰ ਉੱਥੇ ਭੇਜ ਦਿਆਂਗੇ ਜੀ ਤੁਹਾਨੂੰ ਹੁਣੇ ਕਰ ਦਿੰਦੇ ਨੇ ਜੀ ਫਟਾਫਟ ਤੁਹਾਨੂੰ ਮਿਲ ਜਾਏਗੀ ਜੀ ਕੁਝ ਲੋਕ ਖਿਚਾ ਲੈਂਦੇ ਆ ਵਿਚਾਲਿਆਂ ਨੂੰ ਗਲੋਂ ਲਾਓ ਉਹ ਪੈਸੇ ਚੋਖੇ ਜਿਆਦੇ ਲੈ ਲੈਂਦੇ ਆ ਉਹਨਾਂ ਸਦਾਰੂਆਂ ਨੇ ਆਖਿਆ ਜੀ ਸਾਡੇ ਕੋਲ ਇੰਨੇ ਪੈਸੇ ਨਹੀਂ ਸਾਡੇ ਕੋਲ ਤੇ ਇੱਥੋਂ ਤੱਕ ਕੌਣ ਜਾਣਦਾ ਖਰਚਾ ਅਸੀਂ ਕਿਤਾ ਸਕਦੇ ਜੀ ਇਹਨਾਂ ਉਹਨਾਂ ਨੂੰ ਤੰਕ ਕੀਤਾ ਉਹਨਾਂ ਨੇ ਆਖਿਆ ਸੀ ਨਹੀਂ ਖਚਾਉਣੀ ਇਹਨਾਂ ਨੇ ਫਿਰ ਫੜ ਕੇ ਕਹਿੰਦੇ ਆ ਕਿ ਕੁੱਟੇ ਆ ਕੁੱਟੇ ਕਿ ਕੀ ਕੀਤਾ ਮੈਨੂੰ ਪੂਰਾ ਨਹੀਂ ਪਤਾ ਕਹਿੰਦੇ ਆ ਕਿ ਗੱਲ ਬਾਬਾ ਅੱਗੇ ਵਧੀ ਆ ਜੀ ਜੇ ਇਸ ਤਰ੍ਹਾਂ ਹੋਈ ਹੋਵੇ ਸੱਚਮੁੱਚ ਤੇ ਇਹਦੇ ਪੁਲਿਸ ਵੀ ਕਾਰਵਾਈ ਕਰ ਰਹੀ ਆ ਇਹਦੀ ਤੈਅ ਤੱਕ ਜਾਣਾ ਚਾਹੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੀ ਟਾਸਕ ਫੋਰਸ ਨੇ ਵੀ ਅੱਗੇ ਤੋਂ ਯਕੀਨੀ ਬਣਾਉਣਾ ਚਾਹੀਦਾ ਕਿ ਇਹੋ ਜੇ ਧਰਮ ਸਥਾਨ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਗੁੰਡਾਗਰਦੀ ਨਾ ਕਰੇ ਕਿ ਬਾਹਰੋਂ ਆਏ ਸਧਾਲੂਆਂ ਦੇ ਮਨ ਖੱਟੇ ਹੋਣ ਜੀ ਉਹਦਾ ਇਹ ਮੈਂ ਦੱਸ ਦਿਆਂ ਸਿਰਫ ਇੱਥੇ ਨਹੀਂ ਹੁੰਦਾ ਇਹ ਕਈਆਂ ਥਾਵਾਂ ਦੇ ਉੱਤੇ ਜਿੱਥੇ ਧਰਮ ਸਥਾਨ ਨਹੀਂ ਉਹਦਾ ਪਿਕਨਿਕ ਸਪਾਟ ਨੇ ਮੈਂ ਦਿੱਲੀ 'ਚ ਵੇਖਿਆ ਇੰਡੀਆ ਗੇਟ ਹੋਵੇ ਮੈਂ ਦਿੱਲੀ 'ਚ ਕੁਝ ਹੋਰ ਥਾਵਾਂ ਤੇ ਵੇਖਿਆ ਇੱਕ ਵਾਰੀ ਅਸੀਂ ਤਾਜ ਮਹਿਲ ਵੇਖਣ ਗਏ ਸਨ ਤੇ ਉੱਥੇ ਵੀ ਜਿਹੜੇ ਅਗੇ ਸੀ ਫੋਟੋਗ੍ਰਾਫਰ ਇਸੇ ਤਰ੍ਹਾਂ ਘੇਰ-ਘੇਰ ਕੇ ਬਦਤਮੀਜ਼ੀ ਲੋਕਾਂ ਨਾਲ ਕਰਦੇ ਸੀ ਜੀ ਜੇ ਟੂਰਿਸਟਾਂ ਨਾਲ ਇਸ ਤਰ੍ਹਾਂ ਬਦਸਲੂਕੀ ਕੀਤੀ ਜਾਵੇ ਇਸ ਤਰ੍ਹਾਂ ਤੋੜ ਕੁੱਟਮਾਰ ਤੱਕ ਗੱਲ ਪਹੁੰਚ ਜਾਵੇ ਤੇ ਇੱਕ ਜਣੇ ਨਾਲ ਇਸ ਤਰ੍ਹਾਂ ਹੋਵੇ ਤੇ ਉਹ ਜਾ ਕੇ ਦਸਾਂ ਹੋਰ ਨੂੰ ਦੱਸਦਾ ਤੇ 10 ਦਸਾਂ ਹੋਰ ਨੂੰ ਦੱਸਦੇ ਆ ਜੀ ਤੇ ਇਹਦਾ ਭਾਰਤ ਦੇ ਅਕਸ ਦੇ ਉੱਤੇ ਵੀ ਅਸਰ ਪੈਂਦਾ ਸਾਡੇ ਪੰਜਾਬ ਦੇ ਉੱਤੇ ਵੀ ਪੈਂਦਾ ਇਸ ਤਰ੍ਹਾਂ ਦੀ ਘਟਨਾ ਇੱਕ ਵਾਰ ਵਾਪਰ ਗਈ ਆ ਮਾੜੀ ਘਟਨਾ ਪਰ ਇਸ ਤੋਂ ਬਾਅਦ ਦੁਬਾਰਾ ਨਹੀਂ ਵਾਪਰਨੀ ਚਾਹੀਦੀ ਤੇ ਸਾਰਿਆਂ ਧਿਰਾਂ ਨੂੰ ਰਲ ਮਿਲ ਕੇ ਯਕੀਨੀ ਬਣਾਉਣਾ ਚਾਹੀਦਾ ਪਨੂ ਸਾਹਿਬ ਹੁਣ ਗਵਾਂਡੀ ਸੂਬੇ ਹਰਿਆਣੇ ਦੇ ਵਿੱਚੋਂ ਵੀ ਇੱਕ ਖਬਰ ਆ ਰਹੀ ਹੈ ਕਹਿੰਦੇ ਵੀ ਹਰਿਆਣਾ ਸਰਕਾਰ ਨੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਜਿਹੜੇ ਪ੍ਰਾਈਵੇਟ ਕਾਰਪੋਰੇਟ ਹਾਊਸਸ ਨੇ ਉਹਨਾਂ ਦੇ ਵਿੱਚ ਬੀਅਰ ਬਾਰ ਖੁੱਲੇ ਜਾਣਗੇ ਕਿਵੇਂ ਦੇਖਦੇ ਹਾਂ ਜੀ ਦੇਖੋ ਉਦਾਂ ਤਾਂ ਮੈਂ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਗਿਆ ਉੱਥੇ ਸਰਕਾਰੀ ਦਫ਼ਤਰਾਂ ਵਿੱਚ ਵੀ ਗਿਆ ਪ੍ਰਾਈਵੇਟ ਕਾਰਪੋਰੇਟ ਹਾਊਸਾਂ ਦੇ ਵਿੱਚ ਕਈਆਂ 'ਚ ਜਾਣ ਦਾ ਵੀ ਮੌਕਾ ਮਿਲਿਆ ਜੀ ਮੈਂ ਦੇਸ਼ ਤੋਂ ਬਾਹਰ ਪਹਿਲੀ ਵਾਰ ਜਦੋਂ ਗਿਆ ਤੇ ਯੂਨੈਸਕੋ ਦੇ ਹਿਊਮਨ ਰਾਈਟਸ ਕਮਿਸ਼ਨ 'ਚ ਗਿਆ ਸੀ ਆਂ ਉੱਥੇ ਸਵਿਟਜ਼ਰਲੈਂਡ ਦੇ ਵਿੱਚ ਤੇ ਉੱਥੇ ਉਹਨਾਂ ਦੇ ਪੈਲਸ ਦੇ ਵਿੱਚ ਵੀ ਅੰਦਰ ਬੀਅਰ ਬਾਰ ਵਗੈਰਾ ਇਸ ਤਰ੍ਹਾਂ ਦੇ ਪ੍ਰਬੰਧ ਉੱਥੇ ਸਾਰੇ ਪਤਾ ਲੱਗਾ ਹੈਗੇ ਸਾਨੂੰ ਜੀ ਮੈਂ ਆਪ ਤੇ ਹੋ ਜੇ ਇਹ ਚੀਜ਼ਾਂ ਦਾ ਸ਼ੱਕੀਨ ਨਹੀਂ ਸੀ ਪਰ ਮੈਂ ਸਭ ਕੁਝ ਵੇਖਿਆ ਤੇ ਮੈਂ ਬਾਕੀ ਥਾਵਾਂ ਤੇ ਕੁਝ ਦੇਸ਼ਾਂ ਵਿੱਚ ਵੀ ਵੇਖਿਆ ਕਿ ਇਹ ਕੁਝ ਚੱਲਦਾ ਇੱਕ ਬਹੁਤ ਵੱਡੇ ਟੈਲੀਵਿਜ਼ਨ ਵਾਲੇ মিডিਆ ادارے ਦੇ ਵਿੱਚ ਲੰਡਨ 'ਚ ਮੈਂ ਇੰਟਰਵਿਊ ਵਾਸਤੇ ਗਿਆ ਸਾਂ ਇਹ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਤੇ ਉਹਨਾਂ ਨੇ ਵੀ ਇੰਟਰਵਿਊ ਤੋਂ ਬਾਅਦ ਆਖਿਆ ਜੀ ਆਓ ਹੁਣ ਕੋਈ 스ਨੈਕਸ ਲੈ ਲਈਏ ਉੱਥੇ ਗਿਆ ਮੈਂ ਤਾਂ ਕਾਫੀ ਲੈ ਲਈ ਤੇ ਉਹਨਾਂ ਬਾਕੀ ਸਾਰਿਆਂ ਨੇ ਉਹਦੇ ਅੰਦਰੋਂ ਆਪਣੀ ਕੰਟੇਨ ਦੇ ਵਿੱਚੋਂ ਹੀ ਬੀਰ ਦੇ ਮੱਗ ਲੈ ਲੈ ਸਨ ਉੱਥੇ ਤਾਂ ਇਹ ਚੱਲਦਾ ਹੈ ਜੀ ਪਰ ਕੀ ਭਾਰਤ ਦਾ ਕਲਚਰ ਇਸ ਗੱਲ ਦੀ ਆਗਿਆ ਦਿੰਦਾ ਹੁਣ ਦਿੱਲੀ ਸਰਕਾਰ ਲੱਗੀ ਸੀ ਇੱਕ ਵਾਰੀ ਕਰਨ ਕਿ ਇਹ ਜਿਹੜੀ ਬਾਕੀ ਦੁਕਾਨਾਂ ਦੇ ਉੱਤੇ ਸਿੱਧੀ ਇਹਦੀ ਸੇਲ ਕਰੇ ਇਹਦਾ ਸਭ ਤੋਂ ਵੱਧ ਵਿਰੋਧ ਕੀਤਾ ਸੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਹਿੰਦੇ ਸੀ ਰਾਮ ਭਗਵਾਨ ਦੀ ਧਰਤੀ ਤੇ ਹੁਣ ਜਿਹੜੀਆਂ ਸਬਜ਼ੀ ਵਾਲੀਆਂ ਦੁਕਾਨਾਂ ਖੰਡਚਾਹ ਵਾਲੀਆਂ ਦੁਕਾਨਾਂ ਕੱਪੜੇ ਵਾਲੀਆਂ ਦੁਕਾਨਾਂ ਉੱਥੇ ਸ਼ਰਾਬ ਤੇ ਬੀਅਰ ਵਿਕੇਗੀ ਇਹ ਨਹੀਂ ਵਿਕਣ ਦਿੱਤੀ ਜਾਵੇਗੀ ਇਸੇ ਦੇ ਵਿੱਚ ਦੋ ਸੂਬੇ ਇਹੋ ਜਿਹੇ ਆ ਇੱਕ ਗੁਜਰਾਤ ਤੇ ਦੂਸਰਾ ਬਿਹਾਰ ਜਿੱਥੇ ਪੂਰੀ ਸ਼ਰਾਬ ਬੰਦੀ ਆ ਔਰ ਉੱਥੇ ਸ਼ਰਾਬ ਕੋਈ ਵੇਚ ਨਹੀਂ ਸਕਦਾ ਸਿਰਿਆਂ ਪੀ ਨਹੀਂ ਸਕਦਾ ਉੱਥੇ ਕੁਝ ਹੋਟਲਾਂ ਵਗੈਰਾ ਨੂੰ ਲਾਇਸੈਂਸ ਇਸ ਕਰਕੇ ਮਿਲੇ ਆ ਕਿ ਵਿਦੇਸ਼ ਤੋਂ ਆਏ ਲੋਕਾਂ ਨੇ ਉੱਥੇ ਰਹਿਣਾ ਹੁੰਦਾ ਜੀ ਉਹ ਉੱਥੇ ਪੀ ਸਕਦੇ ਆ ਬਾਹਰ ਨਹੀਂ ਲਿਜਾ ਸਕਦੇ ਇਹ ਜਿਹੜੀਆਂ ਪਾਬੰਦੀਆਂ ਉੱਥੇ ਨੇ ਹੁਣ ਕਮਾਲ ਦੀ ਗੱਲ ਇਹ ਆ ਕਿ ਗੁਜਰਾਤ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਹਰਿਆਣੇ ਦੇ ਵਿੱਚ ਵੀ ਉਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਇਸ ਹਰਿਆਣੇ ਵਿੱਚ ਕਈ ਸਾਲ ਪਹਿਲਾਂ 10 12 ਸਾਲ ਪਹਿਲਾਂ ਦੀ ਗੱਲ ਹੈ ਸ਼ਾਇਦ 15 20 ਸਾਲ ਹੀ ਹੋ ਗਿਆ ਉਦੋਂ ਇੱਕ ਵਾਰੀ ਸ਼ਰਾਬ ਬੰਦੀ ਕੀਤੀ ਗਈ ਸੀ ਔਰ ਉਹ ਕੀਤੀ ਗਈ ਸੀ ਔਰਤਾਂ ਦੀ ਮੰਗ ਦੇ ਉੱਤੇ ਕਿ ਲੋਕ ਬਹੁਤ ਜ਼ਿਆਦਾ ਪਿੰਦੇ ਆ ਬੰਦਿਆਂ ਦੇ ਇੰਨੀ ਜ਼ਿਆਦਾ ਪੀਣ ਤੋਂ ਬਾਅਦ ਸਾਡੇ ਹਰਿਆਣੇ ਦੇ ਵਿੱਚ ਘਰਾਂ ਦੇ ਘਰ ਤਬਾਹ ਹੋ ਰਹੇ ਅਤੇ ਸਰਕਾਰ ਪਾਬੰਦੀ ਲਾਵੇ ਤੇ ਸਰਕਾਰ ਨੇ ਲਾ ਦਿੱਤੀ ਪਰ 6-7 ਮਹੀਨੇ ਬਾਅਦ ਇਹ ਉਹ ਪਾਬੰਦੀ ਤੋੜਨੀ ਪੈ ਗਈ ਸੀ ਉਹ ਇਸ ਕਰਕੇ ਕਿ ਔਰਤਾਂ ਨੇ ਆ ਕੇ ਮੁੱਖ ਮੰਤਰੀ ਕੋਲ ਪਹੁੰਚ ਕੀਤੀ ਜੀ ਇਹ ਪਾਬੰਦੀ ਤੋੜ ਦਿਓ ਕਿਉਂਕਿ ਅੱਗੇ ਪਿੰਦੇ ਸੀ ਡੱਪਦੇ ਸੀ ਘਰੇ ਮੰਜੇ ਤੇ ਪਏ ਮਰੇ ਰਹਿੰਦੇ ਸੀ ਹੁਣ ਕੀ ਹੁੰਦਾ ਕਿ ਜਿਹੜੇ ਬਾਰਡਰ ਦੇ ਜ਼ਿਲ੍ਹਿਆਂ ਨਾਲ ਦੇ ਆ ਆ ਕਰਨਾਲ ਅਮਾਲੇ ਵਾਲੇ ਇਹਨਾਂ ਨੇ ਪਾਸ ਬਣਾ ਲਏ ਆ ਸ਼ਾਮ ਨੂੰ ਡਿਊਟੀ ਕਰਨ ਤੋਂ ਬਾਅਦ ਗੱਡੀ ਤੇ ਚੜਦੇ ਆ ਦੇ ਨਾਲ ਪੰਜਾਬ ਦੀ ਹੱਦ ਵਿੱਚ ਚੱਲ ਜਾਂਦੇ ਸ਼ੰਭੂ ਵਾਲੇ ਬੈਰਗੇਟ ਦੇ ਉੱਤੇ ਆਹਾਤੇ ਬਣੇ ਉੱਥੇ ਮੰਜੇ ਵੀ ਲੱਗੇ ਉੱਥੇ ਸ਼ਰਾਬ ਮਿਲਦੀ ਪੀ ਕੇ ਉੱਥੇ ਹੀ ਸੌ ਜਾਂਦੇ ਇਹ ਤਾਂ ਘਰ ਆਉਣੋਂ ਵੀ हट ਗਏ ਜਿਹੜੇ ਇਧਰ ਹਿਮਾਚਲ ਨਾਲ ਲੱਗਦੇ ਉੱਥੇ ਚੱਲ ਜਾਂਦੇ ਜਿਹੜੇ ਦਿੱਲੀ ਨਾਲ ਲੱਗਦੇ ਉੱਥੇ ਚੱਲ ਜਾਂਦੇ ਆ ਜਿਹੜੇ ਰਾਜਸਥਾਨ ਨਾਲ ਲੱਗਦੇ ਉੱਥੇ ਚੱਲ ਜਾਂਦੇ ਆ ਅੱਗੇ ਘੱਟੋ ਘੱਟ ਘਰ ਤੇ ਆ ਜਾਂਦੇ ਸੀ ਹੁਣੇ ਘਰ ਆਉਣ ਤੋਂ ਵੀ हट ਗਏ ਜਿਹੜੇ ਹਰਿਆਣੇ ਚ ਇੱਕ ਵਾਰੀ ਸ਼ਰਾਬ ਬੰਦੀ ਦਾ ਤਜਰਬਾ ਹੋ ਚੁੱਕਾ ਉਸ ਹਰਿਆਣੇ ਦੇ ਵਿੱਚ ਹਰਿਆਣੇ ਦੀ ਗੱਲ ਇਹ ਆ ਕਿ ਗੱਲ ਅੱਜ ਸਾਹਮਣੇ ਆਈ ਆ ਕਿ ਉੱਥੇ ਵੀ ਕਾਰਪੋਰੇਟ ਹੌਸੇ ਜਿਹੜੇ ਨੇ ਵੱਡੇ ਵੱਡੇ ਜਿਹੜੇ ادارے ਆ ਉੱਥੇ ਮੁੰਡੇ ਵੀ ਕੰਮ ਕਰਦੇ ਆ ਕੁੜੀਆਂ ਵੀ ਕੰਮ ਕਰਦੀਆਂ ਤੇ ਸਰਕਾਰ ਕਹਿੰਦੀ ਆ ਕਿ ਉੱਥੇ ਲਾਇਸੈਂਸ ਦਿੱਤੇ ਜਾਣਗੇ ਬੀਰ ਬਾਰ ਦੇ ਜੀ ਤੇ ਦਿੱਲੀ ਦੇ ਬਿਲਕੁਲ ਨਾਲ ਲੱਗਦਾ ਸ਼ਹਿਰ ਪੁਰਾਣਾ ਗੁੜਗਾਉਂ ਜਿਹਦਾ ਇਹਨਾਂ ਨੇ ਨਵਾਂ ਨਾਂ ਰੱਖਤਾ ਸੀ ਗੁਰੂਗ੍ਰਾਮ ਜੀ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ 2-3 ਕਿਲੋਮੀਟਰ ਦੇ ਫਾਸਲੇ ਤੇ ਉਹ ਸ਼ੁਰੂ ਹੋ ਜਾਂਦਾ ਉਸ ਗੁਰੂਗ੍ਰਾਮ ਦੇ ਵਿੱਚ ਮੈਨੂੰ ਪਤਾ ਲੱਗਾ ਕਿ 200 ਤੋਂ ਵੱਧ ਪਬ ਪਬ ਦਾ ਮਤਲਬ ਕਿ ਸ਼ਰਾਬ ਪੀਣ ਵਾਲੇ ਜਿਹੜੇ ਹਾਤੇ ਹੁੰਦੇ ਆ ਸ਼ਰਾਬਖਾਨੇ ਹੁੰਦੇ ਉਹ ਪਹਿਲਾਂ ਹੀ ਉਹਨਾਂ ਦੇ ਲੈਸੈਂਸ ਹੈਗੇ ਆ ਉਸ ਗੁੜਗਾਓਂ ਸ਼ਹਿਰ ਦੇ ਅੰਦਰ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਕਾਰਪੋਰੇਟ ਕੰਪਨੀਆਂ ਉਹਨਾਂ ਦੇ ਅੰਦਰ ਬੀਅਰ bar ਖੋਲਣ ਦੇ 100 ਤੋਂ ਵੱਧ ਲੈਸੈਂਸ ਦਿੱਤੇ ਜਾਣ ਲੱਗੇ ਆ ਜਦੋਂ ਉਹਨਾਂ ਆਧਾਰਿਆਂ ਦੇ ਵਿੱਚ ਸ਼ਰਾਬ ਦੇ ਲੈਸੈਂਸ ਦਿੱਤੇ ਜਾਣਗੇ ਜੀ ਉਹਨਾਂ ਅਦਾਰਿਆਂ ਵਿੱਚ ਦਿਨੇ ਵੀ ਕੰਮ ਚੱਲਦਾ ਉਹਨਾਂ ਵਿੱਚ ਰਾਤ ਨੂੰ ਵੀ ਕੰਮ ਚੱਲਦਾ ਉਹਨਾਂ ਵਿੱਚ ਲੜਕੇ ਵੀ ਕੰਮ ਕਰਦੇ ਉਹਨਾਂ 'ਚ ਲੜਕੀਆਂ ਵੀ ਲੋਕਾਂ ਦੀਆਂ ਧੀਆਂ ਪੜਾਣਾ ਵੀ ਕੰਮ ਕਰਦੀਆਂ ਜੀ ਜਦੋਂ ਇਹ ਸਾਰਾ ਕੁਝ ਉੱਥੇ ਚੱਲਣ ਲੱਗ ਪਵੇਗਾ ਤੇ ਮਾਹੌਲ ਖਰਾਬ ਹੋਵੇਗਾ ਹਰਿਆਣੇ ਦੀ ਸਰਕਾਰ ਨੂੰ ਪਤਾ ਨਹੀਂ ਇਹ ਕੀ ਸੁੱਝੀ ਆ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਮੇਰੀ ਸਮਝਿਆ ਕਿ ਫੈਸਲਾ ਉਹਨਾਂ ਦਾ ਗਲਤ ਫੈਸਲਾ ਇਸ ਤਰ੍ਹਾਂ ਦਾ ਫੈਸਲਾ ਬਿਲਕੁਲ ਨਹੀਂ ਕੀਤਾ ਜਾਣਾ ਚਾਹੀਦਾ ਜੀ ਜੇ ਅਸੀਂ ਪੱਛਮੀ ਕਲਚਰ ਦੇ ਮੁਤਾਬਕ ਚੱਲਣਾ ਫਿਰ ਤਾਂ ਬਹੁਤ ਸਾਰੇ ਲੋਕਾਂ ਨੂੰ ਫੈਸਲਾ ਇਹ ਠੀਕ ਲੱਗੇਗਾ ਪਰ ਇਹ ਫੈਸਲਾ ਉਹ ਸਰਕਾਰ ਕਰਦੇ ਪਈ ਆ ਜਿਹੜੀ ਸਰਕਾਰ ਰੋਜ਼ ਇਹ ਕਹਿੰਦੀ ਆ ਕਿ ਭਾਰਤ ਵਿੱਚ ਪੱਛਮੀ ਕਲਚਰ ਨੇ ਲੋਕਾਂ ਦਾ ਬੇੜਾ ਗਰਕ ਕਰ ਦਿੱਤਾ ਸਾਡੇ ਸਭਿਆਚਾਰ ਦਾ ਨੁਕਸਾਨ ਹੋ ਗਿਆ ਵੈਲੈਂਟਾਈਨ ਡੇ ਮਨਾਇਆ ਜਾਵੇ ਤੇ ਉਹਦਾ ਵਿਰੋਧ ਕਰਦੇ ਇਹ ਕਹਿ ਕੇ ਕਿ ਪੱਛਮ ਦਾ ਕਲਚਰ ਜੀ ਨਵਾਂ ਸਾਲ ਮਨਾਇਆ ਜਾਵੇ ਕਿਸੇ ਨੂੰ ਨਿਊ ਇਅਰ ਆਖਿਆ ਜਾਵੇ ਹੈਪੀ ਨਿਊ ਇਅਰ ਆਖਿਆ ਜਾਵੇ ਤੇ ਕਹਿੰਦੇ ਪੱਛਮ ਦਾ ਕਲਚਰ ਹੈ ਪਰ ਅੱਜ ਜਿਹੜਾ ਕਾਰਪੋਰੇਟ ਹਾਊਸਸ ਦੇ ਅੰਦਰ ਬੀਅਰ ਬਾਰ ਖੋਲਣੇ ਇੱਕੜਾ ਭਾਰਤੀ ਸਭਤਾ ਦਾ ਨਮੂਨਾ ਇੱਕ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਬੁਰਾ ਲੱਗੂਗਾ ਉਹਨਾਂ ਕਾਰਪੋਰੇਟ ਹਾਊਸਸ ਦੇ ਲਾਗੇ ਬਾਹਰ ਘਾਤੇ ਖੁੱਲ ਜਾਣ ਲਾਗੇ ਉਹਨਾਂ ਦੇ ਕੋਥੇ ਦੇ ਸ਼ਰਾਬਖਾਨੇ ਖੁੱਲ ਜਾਣ ਉੱਥੇ ਉਹਨਾਂ ਨੂੰ ਲਾਇਸੈਂਸ ਮਿਲ ਜਾਣ ਬੀਅਰ ਬਾਰ ਦੇ ਮਿਲਣ ਪੱਕੀ ਸ਼ਰਾਬ ਦੇ ਮਿਲਣ ਉਹਦੇ ਉੱਤੇ ਸ਼ਾਇਦ ਕਿਸੇ ਨੂੰ ਇਤਰਾਜ਼ ਨਹੀਂ ਹੋਊਗਾ ਪਰ ਜੇ ਉਹਨਾਂ ਦਫ਼ਤਰਾਂ ਦੇ ਅੰਦਰ ਇੱਕ ਕਾਰਨਰ ਜਿੱਥੇ ਚਾਹ ਦੀ ਕੰਟੇਨ ਹੁੰਦੀ ਉੱਥੇ ਲੱਗੇ ਇੱਕ ਕਾਰਨਰ ਬੀਅਰ ਬਾਰ ਬਣ ਜਾਵੇ ਤੇ ਸ਼ਰਾਬ ਪੀਣ ਪੁੰਨਿਆ ਪਿਉਣ ਵਾਲਿਆਂ ਦਾ ਅੱਡਾ ਬਣ ਜਾਵੇ ਤੇ ਮੇਰਾ ਖਿਆਲ ਹੈ ਕਿ ਜਿਹੜੀਆਂ ਉੱਥੇ ਦਫ਼ਤਰਾਂ 'ਚ ਕੰਮ ਕਰਦੀਆਂ ਔਰਤਾਂ ਇਹ ਨਹੀਂ ਆਖਣਾ ਚਾਹੀਦਾ ਕਿ ਪੱਛਮੀ ਦੇਸ਼ਾਂ 'ਚ ਕਰਦੀਆਂ ਉੱਥੇ ਕ੍ਰਾਈਮ ਨਹੀਂ ਹੁੰਦਾ ਉੱਥੇ ਕ੍ਰਾਈਮ ਦਾ ਰੇਟ ਵੈਸੇ ਸਾਡੇ ਤੋਂ ਘਟਿਆ ਜੀ ਸਾਡੇ ਕੋਲ ਪੰਜਾਬ ਹੋਵੇ ਹਰਿਆਣਾ ਹੋਵੇ ਦਿੱਲੀ ਹੋਵੇ ਜਾਂ ਰਾਜਸਥਾਨ ਜਾਂ ਕੋਈ ਹੋਰ ਹੋਵੇ ਇਹਨਾਂ ਸਾਰਿਆਂ 'ਚ ਕ੍ਰਾਈਮ ਰੇਟ ਪਹਿਲਾਂ ਹੀ ਕਾਫੀ ਹੈ ਤੇ ਜੇ ਇਹ ਕੰਮ ਉੱਥੇ ਦਫ਼ਤਰਾਂ ਵਿੱਚ ਸ਼ੁਰੂ ਹੋ ਗਿਆ ਫਿਰ ਖਬਰਾਂ ਚੰਗੀਆਂ ਨਹੀਂ ਆਇਆ ਕਰਨੀਆਂ ਸਰਕਾਰ ਨੂੰ ਇਹਦੇ ਬਾਰੇ ਇੱਕ ਵਾਰੀ ਫਿਰ ਸੋਚ ਲੈਣਾ ਚਾਹੀਦਾ ਹੈ ਜੀ ਬਿਲਕੁਲ ਪੰਨੂ ਸਾਹਿਬ ਗਵਾਂਡੀ ਸੂਬੇ ਤੋਂ ਬਾਅਦ ਹੁਣ ਗੱਲ ਗਵਾਂਡੀ ਮੁਲਕ ਦੀ ਵੀ ਕਰ ਲੈਣੇ ਆ ਪਾਕਿਸਤਾਨ ਦੇ ਵਿੱਚ Imran Khan ਹੋਰਾਂ ਦੀ ਜਦੋਂ ਰਿਹਾਈ ਹੁੰਦੀ ਹੈ ਰਿਹਾਈ ਦੇ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕਰ ਦਿੱਤੇ ਜਾਂਦੇ ਨੇ ਹੁਣ ਇਸ ਰਿਹਾਈ ਦੇ ਆਦੇਸ਼ਾਂ ਦੇ ਖਿਲਾਫ ਕੁਝ ਜਥੇਬੰਦੀਆਂ ਦੇ ਵੱਲੋਂ ਕੁਝ ਪਾਰਟੀਆਂ ਦੇ ਵੱਲੋਂ ਉੱਥੇ ਧਰਨਾ ਦਿੱਤਾ ਜਾ ਰਿਹਾ ਹੈ ਸੁਪਰੀਮ ਕੋਰਟ ਤੱਕ ਤੇ ਉਹਨਾਂ ਨੇ ਅਟੈਕ ਕਰ ਦਿੱਤਾ ਕਿਵੇਂ ਦੇਖਦੇ ਹਾਂ ਜੀ ਅਾ ਜਿਹੜੀਆਂ ਖਬਰਾਂ ਆਈਆਂ ਉਹ ਇਹੋ ਨੇ ਕਿ ਅੱਜ ਭੀੜ ਜਿਹੜੀ ਆ ਸਰਕਾਰ ਪੱਖੀ ਭੀੜ ਜਾਂ ইমরান ਵਿਰੋਧੀ ਭੀੜ ਉਹ ਗਈ ਆ ਤੇ ਉਹਨਾਂ ਨੇ ਜਾ ਕੇ ਦੇਸ਼ ਦੀ ਸੁਪਰੀਮ ਕੋਰਟ ਨੂੰ ਘੇਰ ਲਿਆ ਅੰਦਰ ਐਂਟਰ ਕਰਨ ਦਾ ਯਤਨ ਕਰ ਰਿਆ ਸੀ ਜਦੋਂ ਅਸੀਂ ਇਹ ਪ੍ਰੋਗਰਾਮ ਕਰਦੇ ਪਏ ਉਸ ਵਕਤ ਤੱਕ ਜਿਹੜੀਆਂ ਖਬਰਾਂ ਸੀ ਉਹ ਇਹੋ ਸੀ ਕਿ ਭੀੜ ਸੁਪਰੀਮ ਕੋਰਟ ਦੇ ਅੰਦਰ ਦਾਖਲ ਹੋਣ ਦਾ ਯਤਨ ਕਰ ਰਹੀ ਆ ਫੋਰਸ ਜਿਹਨੂੰ ਰੋਕ ਰਹੀਆਂ ਆ ਨੇ ਪਰ ਰੋਕਣ ਦਾ ਢੰਗ ਇਸ ਤਰ੍ਹਾਂ ਦਾ ਜਿਵੇਂ ਵਿਖਾਵਾ ਜਿਹਾ ਕਰਦੇ ਹੋਣ ਤੇ ਹੱਲਾਸ਼ੀਰੀ ਦੇ ਰਹੇ ਹੋਣ ਕਿ ਤੁਸੀਂ ਕਰ ਲਓ ਕਰ ਲਓ ਤੇ ਜੋ ਹੁੰਦਾ ਕਰ ਲਓ ਜੀ ਉਹਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਸਿਆਸਤਿਤ ਨਿਵੀਂ ਆ ਤੇ ਫੌਜ ਭਾਰੂ ਆ ਇਸ ਫੌਜ ਨੇ ਬੜੀ ਵਾਰ ਚੰਦ ਚੜ੍ਹੇ ਹੋਏ ਆ ਉੱਥੇ ਪ੍ਰਧਾਨ ਮੰਤਰੀ ਜਿਹਨੇ ਬਣਨਾ ਉਹਨੂੰ ਫੌਜ ਨੂੰ ਖੁਸ਼ ਰੱਖਣਾ ਪੈਂਦਾ ਜੀ ਬਾਕੀ ਦੇਸ਼ਾਂ 'ਚ ਫੌਜ ਦੇ ਜਰਨੈਲ ਦੀ ਮਿਆਦ ਜਿਹੜੀ ਆ ਸਰਕਾਰ ਤੈਅ ਕਰਦੀ ਆ ਪਾਕਿਸਤਾਨ ਦੇ ਵਿੱਚ ਸਰਕਾਰ ਦੀ ਮਿਆਦ ਫੌਜ ਦਾ ਜਰਨੈਲ ਤੈਅ ਕਰਦਾ ਔਰ ਉਹਨਾਂ ਨੇ ਕਈ ਵਾਰ ਇਦਾਂ ਕੀਤਾ ਹੋਇਆ ਜਿਹੜੇ ਜਰਨਲ ਜ਼ਿਆਉਲਾ ਕਨੇ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਂਸੀ ਟੰਗਿਆ ਸੀ ਉਹਨੇ ਇੱਕ ਵਾਰੀ ਪੰਜਾਬ ਦਾ ਮੁੱਖ ਮੰਤਰੀ ਨਵਾਜ਼ ਸ਼ਰੀਫ ਨੂੰ ਬਣਾਇਆ ਸੀ ਜੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਮੁਹੰਮਦ ਖਾਨ ਜਨੇਜੋ ਨੂੰ ਬਣਾਤਾ ਸੀ ਮੁਹੰਮਦ ਖਾਨ ਜਨੇਜੋ ਪ੍ਰਧਾਨ ਮੰਤਰੀ ਹੋਣ ਦੇ ਤੌਰ 'ਤੇ ਆਪਣੇ ਫੌਜੀ ਰਾਸ਼ਟਰਪਤੀ ਜਨਰਲ ਜ਼ਿਆਉਰ ਹਕ ਨੂੰ ਇੱਕ ਵਾਰੀ ਪੁੱਛ ਬੈਠਾ ਕਿ ਲੋਕ ਪੁੱਛਦੇ ਆ ਜੀ ਆਪਾਂ ਮਾਰਸ਼ਲ ਲਾਜਰਦਾ ਹੈ ਇੱਥੇ ਦੇਸ਼ ਦੇ ਵਿੱਚੋਂ ਉਹ ਕਦੋਂ ਕਿ ਖਤਮ ਕਰਨਾ ਜੀ ਤੇ ਉਹਨੇ ਆਖਿਆ ਕੋਈ ਨਹੀਂ ਦੱਸੂਗਾ ਫਿਰ ਮੁਹੰਮਦ ਖਾਨ ਜਨੇਜੋ ਚਲਾ ਗਿਆ ਫਿਲੀਪੀਨਜ਼ ਉੱਥੇ ਹੀ ਪੰਜਾਬ ਦਾ ਮੁੱਖ ਮੰਤਰੀ ਨਵਾਜ਼ ਸ਼ਰੀਫ ਚਲਾ ਗਿਆ ਤੇ ਖਬਰਾਂ ਆ ਗਈਆਂ ਕਿ ਦੋਵਾਂ ਦੇ મતਭੇਦ ਨੇ ਫੌਜ ਦੇ ਸਵਾਲ ਤੇ મતਭੇਦ ਨੇ ਜੀ ਇਹਨੇ ਜਨਰਲ ਜ਼ਿਆਉਲ ਹਕ ਨੇ ਇੱਕ ਅਖਬਾਰ ਦੇ ਐਡੀਟਰ ਨੂੰ ਫੋਨ ਕਰਕੇ ਆਖਿਆ ਦੋਵਾਂ ਦੀ ਗੱਲ ਕਰਾ ਕੇ ਸਿਆਪਾ ਨਿਬੇੜ ਨਹੀਂ ਤੇ ਮੈਂ ਮੁਹੰਮਦ ਖਾਨ ਜਨੇਜੋ ਦੇ ਖਿਲਾਫ ਕਦਮ ਚੁੱਕੂਗਾ ਜੀ ਉਹਨੇ ਦੋਵਾਂ ਦੀ ਗੱਲ ਕਰਾਈ ਮਸਲਾ ਹੱਲ ਨਾ ਹੋਇਆ ਜਦੋਂ ਜਨੇਜੋ ਉੱਥੋਂ ਦੇਸ਼ ਦਾ ਪ੍ਰਧਾਨ ਮੰਤਰੀ ਵਾਪਸ ਆ ਰਿਹਾ ਸੀ ਫਲਾਈਟ ਅੱਧ ਵਿਚਾਲੇ ਸੀ ਤੇ ਇਹਨੇ ਜਨਰਲ ਰਫਾਕਤ ਨੂੰ ਸੱਦ ਕੇ ਜਨਰਲ ਜ਼ਿਆਉਲ ਹਕ ਨੇ ਆਖਿਆ ਫਾਈਲਾਂ ਲਿਆ ਤੇ ਨਾਲ ਸਾਫ ਕਾਗੇ ਲਿਆ ਸਾਬ ਕਾਗਜ਼ ਤੇ ਲਿਖ ਦਿੱਤਾ ਕਿ ਆਰਡਰ ਬਣਾ ਕੇ ਲਿਆ محمد خان ਜਨੇਜੋ ਦੀ ਸਰਕਾਰ ਬਰਖਾਸ ਕੀਤੀ ਜਾਂਦੀ ਹੈ ਜੀ محمد خان ਜਨੇਜੋ اسلامਾਬਾਦ ਉਤਰਿਆ ਜਦੋਂ ਆਪਣੇ ਪ੍ਰਧਾਨ ਮੰਤਰੀ ਵਾਲੀ ਕੋਠੀ ਵੱਲ ਜਾ ਰਿਹਾ ਰਾਹ 'ਚ ਉਹਨੇ ਕਹਿਤਾ ਆਓ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ ਜਦੋਂ ਉੱਥੇ ਗਿਆ ਉਹਨੇ ਚਿਰ ਤੱਕ ਉਹਦੇ ਸੈਕਟਰੀ ਨੇ ਆਖਿਆ ਜੀ ਮੈਂ 2 ਮਿੰਟ ਮਿਲਣਾ ਚਾਹਣਾ ਕਹਿੰਦਾ ਕੋਈ ਬਹੁਤ ਜ਼ਰੂਰੀ ਬਾਤ ਚ ਮਿਲਣੀ ਉਹ ਕਹਿੰਦਾ ਜੀ ਤੁਸੀਂ ਇਹ ਗੱਲ ਕਹਿਣ ਜੋਗੇ ਨਹੀਂ ਰਹੇਗੇ ਪ੍ਰਧਾਨ ਮੰਤਰੀ ਦੇ ਤੌਰ ਤੇ ਤੁਹਾਨੂੰ ਰਾਸ਼ਟਰਪਤੀ ਫੌਜੀ ਰਾਸ਼ਟਰਪਤੀ ਜਨਰਲ ਜ਼ਿਆਉਲ হক ਨੇ ਬਰਖਾਸ ਕਰਤਾ ਇਦਾਂ ਹੀ ਇੱਕ ਵਾਰੀ ਫੌਜ ਨੇ ਨਿਵਾਜ਼ شریف ਨਾਲ ਕੀਤੀ ਸੀ ਜਦੋਂ ਪ੍ਰਧਾਨ ਮੰਤਰੀ ਹੁੰਦਾ ਸੀ ਬਣਿਆ ਵੀ ਫੌਜ ਦੀ ਮਦਦ ਨਾਲ ਤੇ ਕੱਢਿਆ ਵੀ ਫੌਜ ਨੇ ਸੀ ਜੀ ਇਹ Imran Khan ਵੀ ਫੌਜ ਦੀ ਮਦਦ ਨਾਲ ਹੀ ਪ੍ਰਧਾਨ ਮੰਤਰੀ ਬਣਿਆ ਸੀ ਜਦਨ ਦਾ ਲੱਥਾ ਸਾਰਿਆਂ ਨੂੰ ਪਤਾ ਫੌਜ ਦੇ ਨਾਰਾਜ਼ਕਰ ਬੈਠਾ ਸੀ ਉਹਨਾਂ ਨੇ ਲਾਇਆ ਤੇ ਲਾਉਣ ਤੋਂ ਬਾਅਦ ਉਹਨੇ ਆਸੇ-ਪਾਸੇ ਤੁਰਿਆ ਫਿਰਦਾ ਧੱਕੇ ਖਾਂਦਾ ਤੇ ਫੌਜ ਦੇ ਜਰਨਲਿਆਂ ਦੇ ਖਿਲਾਫ ਬੋਲਦਾ ਇਹਦੀ ਹਾਈ ਕੋਰਟ ਤੋਂ ਜਦੋਂ ਜ਼ਮਾਨਤ ਹੋਈ ਆ ਸੁਪਰੀਮ ਕੋਰਟ ਨੇ ਜਦੋਂ ਟਿੱਪਣੀਆਂ ਕੀਤੀਆਂ ਸਰਕਾਰ ਦੇ ਖਿਲਾਫ ਤੇ ਸਰਕਾਰ ਇਸ ਵੇਲੇ ਉਹ ਆ ਜਿਹੜੀ ਪਹਿਲਾਂ ਫੌਜ ਦੇ ਖਿਲਾਫ ਹੁੰਦੀ ਸੀ ਜਦੋਂ ਫੌਜ ਦੇ ਨਾਲ ਉਹਨਾਂ ਨੇ ਫੌਜ ਦੀ ਸ਼ਹਿਰ ਦੇ ਉੱਤੇ ਆਪਣੇ ਅਮਹਤੀ ਭੀੜ ਜਿਹੜੀ ਢੁਕਾ ਦਿੱਤੀ ਜਾਂਦੀ ਉਹ ਭੀੜ ਇਸ ਵੇਲੇ ਸੁਪਰੀਮ ਕੋਰਟ ਨੂੰ ਘੇਰਨ ਤਰਪਈਆ ਅੱਗੇ ਵੀ ਇੱਕ ਵਾਰੀ ਇਦਾਂ ਹੋ ਚੁੱਕਾ ਇੱਕ ਵਾਰੀ ਫੌਜੀ ਰਾਸ਼ਟਰਪਤੀ ਜਨਰਲ ਪ੍ਰਵੇਜ ਮੁਸ਼ਰਫ ਹੁੰਦਾ ਸੀ ਜੀ ਉਹਨੇ ਵੀ ਦੇਸ਼ ਦੇ ਸਭ ਤੋਂ ਵੱਡੇ ਜੱਜ ਨੂੰ ਬਰਖਾਸਤ ਕੀਤਾ ਤੇ ਜੱਜਾਂ ਨੇ ਰੋਡ ਦੇ ਉੱਤੇ ਮਾਰਚ ਕੀਤਾ ਸੀ ਬਹੁਤ ਲੰਮਾ ਤੇ ਵਕੀਲ ਸ਼ਾਮਲ ਹੋਏ ਸੀ ਅਖੀਰ ਰਾਸ਼ਟਰਪਤੀ ਨੂੰ ਉਹ ਆਰਡਰ ਵਾਪਸ ਲੈਣਾ ਪਿਆ ਸੀ ਫੌਜੀ ਰਾਸ਼ਟਰਪਤੀ ਨੂੰ ਜੀ ਐਸ ਵੇਲੇ ਫਿਰ ਪਾਕਿਸਤਾਨ ਦੇ ਹਾਲਾਤ ਇਹੋ ਜਿਹੇ ਆ ਘੜੀਕ ਨੂੰ ਕੀ ਹੋ ਜਾਵੇ ਪਲਕ ਨੂੰ ਕੀ ਹੋ ਜਾਵੇ ਜੀ ਇਹ ਕੱਚੇ ਧਾਗੇ ਨਾਲ ਲਟਕਦੀ ਤਲਵਾਰ ਉਹਨਾਂ ਸਾਰਿਆਂ ਦੇ ਸਿਰ ਤੇ ਅਸੀਂ ਸੁੱਖ ਮੰਗਾਂਗੇ ਸਾਡਾ ਗਵਾਂਢ ਮੱਥਾ ਉੱਤੇ ਕੋਈ ਮਾੜੀ ਘਟਨਾ ਨਾ ਵਾਪਰੇ ਪਰ ਜੋ ਕੁਝ ਵਾਪਰਦਾ ਪਿਆ ਉਹਦੇ ਤੋਂ ਜਿਹੜੇ ਸਨੇਹ ਆਉਂਦੇ ਪਏ ਆ ਅਵਾੜੇ ਉੱਠਦੇ ਆ ਉਹ ਦੱਸਦੇ ਆ ਕਿ ਪਾਕਿਸਤਾਨ ਦੇ ਵਿੱਚ ਇੱਕ ਵਾਰੀ ਫਿਰ ਇਹੋ ਜਿਹਾ ਇਤਿਹਾਸ ਦੁਹਰਾਇਆ ਜਾ ਸਕਦਾ ਜਿਹੜਾ ਅਸੀਂ ਚਾਹੁੰਦੇ ਨਹੀਂ ਕਿ ਦੁਹਰਾਇਆ ਜਾਵੇ ਹੋ ਸਕਦਾ ਕਿ ਇਹੋ ਜੀ ਗੱਲ ਕੋਈ ਮਾੜੀ ਚੰਗੀ ਵਾਪਰ ਜਾਵੇ ਜਿਹਦੇ ਲਈ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਮੈਂ ਫਿਰ ਕਹਿੰਨਾ ਕਿ ਸਾਡਾ ਗਵਰਨ ਫੌਜੀ ਹਕੂਮਤਾਂ ਜਦੋਂ ਵੀ ਆਈਆਂ ਭਾਰਤ ਨਾਲ ਉਹਨਾਂ ਸੁੱਖ ਨਹੀਂ ਵਰਤਾਈ ਮਾੜਾ ਹੋਵੇ ਚੰਗਾ ਹੋਵੇ ਲੋਕਤੰਤਰ ਲੋਕਤੰਤਰ ਹੁੰਦਾ ਸੀ ਪਾਕਿਸਤਾਨ ਦੇ ਲੋਕਤੰਤਰ ਦੀ ਖੈਰ ਮੰਗਦੇ ਹਾਂ ਜੀ ਬਿਲਕੁਲ ਬਨੂ ਸਾਹਿਬ ਤੁਸੀਂ ਖਬਰਾਂ ਤੇ ਚਰਚਾ ਕੀਤੀ ਆਪਣਾ ਸਮਝ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਮਿਹਰਬਾਨੀ ਸ਼ੁਕਰੀਆ ਜੀ ਪ੍ਰੋਗਰਾਮ ਨੂੰ ਸਮੇਟਣ ਦਾ ਵੇਲਾ ਹੋ ਗਿਆ ਜੀ ਕੱਲ ਫੇਰ ਇਸੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਸ਼ਾਇਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ